एक मध्यवर्गी परिवार दे विच मैं पढ़ाई अपनी जिहड़ी पत्रकारिता दी पढ़ाई है वह भी टूरनामेंटां ते कमेंटरी कर करके पूरी करदा हुंदा सी। मतलब जिन्ना क मैं देखिया कि जिन्ना क इंसान पिछे नूं हटदा ना जदों हाई जंप लाउंदा जां लौंग जंप लाउंदा जिन्ना पिछों भज के आउंदा उन्नी अगे लंबी छाल लगदी हुंदी है। सो जे मैं स्कूल चो दो दिन टूरनामेंटां ते जा के कमेंटरी करके चार पैसे कमाउंदा हुंदा सी, दो दिन मिस मारदा सी ਤਾਂ ਮੈਂ ਨੰਬਰ ਵੀ ਆਪਣੇ ਨਾਲ ਦਿਆਂ ਤੋਂ ਵੱਧ ਲੈਂਦਾ ਹੁੰਦਾ ਸੀ ਕਲਾਸ ਦੇ ਵਿੱਚ, ਜਿੰਨੇ ਦਿਨ ਮੈਂ ਲੇਟ ਆਉਂਦਾ ਸੀ ਉਨਾ ਵੱਧ ਪੜਦਾ ਹੁੰਦਾ ਸੀ। ਸੋ ਕਹਿਣ ਦਾ ਭਾਵ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ, ਮੈਂ ਉਹ ਤੰਗੀਆਂ ਤੁਰਸ਼ੀਆਂ, ਉਹ ਦਰਦ, ਉਹ ਬੱਸਾਂ ਦੇ ਉੱਪਰ ਕਿਰਾਇਆ ਦੇਣ ਲੱਗੇ ਦੀਆਂ ਅੱਖਾਂ ਭਰਨੀਆਂ ਕਿ ਕਿਵੇਂ ਯਾਰ ਮੈਂ ਹਰ ਰੋਜ਼ ਕਾਲਜ ਕਿਵੇਂ ਜਾਊਂ, ਉਹ ਵੀ ਦਿਨ ਆਏ ਸੀ ਜਦੋਂ ਬੱਸ ਚੜ੍ਹਨ ਲੱਗਿਆ ਇਹ ਸੋਚਦਾ ਹੁੰਦਾ ਸੀ ਕਿ ਹਰ ਰੋਜ਼ ਕਾਲਜ ਨਹੀਂ ਜਾਣਾ, ਇੱਕ ਦੋ ਦਿਨ ਘਰੇ ਰਿਹਾ ਕਰਨਾ, ਪੰਜਾਂ ਦਿਨਾਂ ਚੋਂ ਦੋ ਦਿਨ ਵੈਸੇ ਹੀ ਘਰੇ ਰਹਿ ਲੈਣਾ ਕਿ ਰੋਜ਼ ਕਿਰਾਇਆ ਕਿੱਥੇ ਦੇਵਾਂਗੇ। ਸੋ ਉਸ ਵਕਤ ਮੈਂ ਉਹ ਆਪਣੇ ਆਪ ਤੇ ਹੰਡਾਇਆ, ਵੇਖਿਆ ਕਿ ਦਰਦ ਅਸਲੀ ਹੁੰਦਾ ਕੀ ਹੈ। ਗੱਲ ਇੱਥੇ ਆ ਜਾਂਦੀ ਹੈ, ਪਰਮਾਤਮਾ ਮਿਹਨਤ ਦਾ ਮੁੱਲ ਸਾਰਿਆਂ ਦਾ ਪਾ ਦਿੰਦਾ। ਤੁਸੀਂ ਵੀ ਮਿਹਨਤ ਕਰਕੇ ਅੱਗੇ ਆਏ ਹੋ, ਇਹ ਤੁਹਾਡੀ ਮਿਹਨਤ ਹੀ ਹੈ, ਨਹੀਂ ਤਾਂ ਕੌਣ ਆ ਸਕਦਾ ਇਸ ਰੱਬ ਦੀ ਬਣਾਏ ਹੋਏ ਸਵਰਗ ਦੇ ਵਿੱਚ, ਤੁਸੀਂ ਸਵਰਗ 'ਚ ਬੈਠੇ ਹੋ। ਪਰ ਉੱਥੇ ਇੱਕ ਸਾਡੀ ਜ਼ਿੰਮੇਵਾਰੀ ਹੋਰ ਹੁੰਦੀ ਹੈ ਕਿ ਅਸੀਂ ਤਾਂ ਆ ਗਏ ਹਾਂ, ਅਸੀਂ ਤਾਂ ਠੀਕ ਹਾਂ, ਸਾਡੇ ਪਿੱਛੇ ਕੋਈ ਬੈਠਾ ਕਿ ਨਹੀਂ, ਅਸੀਂ ਉਹਦੀ ਬਾਂਹ ਫੜਨੀ ਹੈ ਕਿ ਨਹੀਂ, ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ। ਬਾਬੇ ਨਾਨਕ ਦਾ ਕਿਹਾ ਹੋਇਆ